ਉਹ ਪਿਛਲੀ ਗੱਡੀ ਦਾ ਆਇਲ ਚੇਂਜ ਕਰਾਓ ਯਾਰ, ਉਹਨੂੰ ਜਲਦੀ ਆ। ਪਹਿਲੇ ਇਹ ਕੋਈ ਬੰਦਾ ਟੈਕਸੀ ਤੇ ਨਹੀਂ ਚਲਾਉਂਦਾ। ਮੈਂ ਉਹ ਪਿਛਲੀ ਗੱਡੀ ਦਾ ਆਇਲ ਚੇਂਜ ਕਰੋ, ਪਹਿਲਾਂ ਉਹਨੂੰ ਜਲਦੀ ਆ। ਬਹੁਤ ਸਿਆਣਾ ਦੇ ਪਤਾ ਨਹੀਂ ਕਿਹਨਾਂ ਨੇ ਮਦਦ ਕਰਨੀ ਹੈ।
ਦੇਣਾ ਹਜ਼ਾਰ ਰੁਪਈਆ ਦੇਣਾ ਉਹਨਾਂ ਦਾ ਖੜਾ ਨਾ ਬਾਬਾ
Not very bad.